ਤਾਂ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ। ਤਾਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਡੀਜੀ ਟਰੈਕ ਟਰੈਕਟਰ ਬਾਰੇ। ਸਕੌਟ ਕੰਪਨੀ ਦਾ ਟਰੈਕਟਰ ਆ ਤੇ 47 HP ਦਾ ਟਰੈਕਟਰ ਆ ਇਹਦੇ। ਮਗਰ ਅੱਜ ਆਪਾਂ ਸੁਪਰ ਸੀਡਰ ਦੀ ਪਰਫਾਰਮੈਂਸ ਦੇਖਣੀ ਆ। 8 ਫੁੱਟਾ ਸੁਪਰ ਸੀਡਰ ਪਾਉਣਾ ਆਪਾਂ KAS ਵਾਲਿਆਂ ਦਾ, ਠੀਕ ਹੈ। ਉਹ ਤੇ ਇਹਦੀ ਪਰਫਾਰਮੈਂਸ ਚੈੱਕ ਕਰਾਂਗੇ ਵੀ ਇਹਦੀ 43 PDO ਪਾਵਰ ਆ ਵੀ। ਆਪਾਂ ਸਾਰਾ ਕੁਝ ਦੇਖਾਂਗੇ ਜਿਵੇਂ ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਵੀ 4 ਵਾਲੀ ਮਸ਼ੀਨ 'ਤੇ ਇਹ ਟਰੈਕਟਰ ਚਲਾਇਆ ਸੀ ਆਪਾਂ, ਉਹ ਤੇ ਇਹਦੀ ਬਹੁਤ ਵਧੀਆ ਪਰਫਾਰਮੈਂਸ ਰਹੀ ਆ। ਅਰਜਨ ਦੇ ਮੁਕਾਬਲੇ ਨੇ ਅੱਧੋ ਅੱਧ ਦਾ ਤੇਲ ਦਾ ਫਰਕ ਪਾਤਾ ਇਹਨੇ, ਯਾਨੀ ਕਿ 12 ਤੋਂ 13 ਲੀਟਰ ਤੇਲ ਖਾਧਾ, ਜਿਹਦੇ ਵਿੱਚ ਅਸੀਂ ਗੇੜੇ ਵੀ ਦਿੱਤੇ ਸੀਗੇ। ਇੱਕ ਦਿਨ ਗਏ ਖੇਤੋਂ ਫਿਰ ਵਾਪਸ ਆਏ। ਉਹ ਚਲੋ ਪਿਛਲੀ ਵੀਡੀਓ ਦਾ ਮੈਂ ਲਿੰਕ ਡਿਸਕ੍ਰਿਪਸ਼ਨ 'ਚ ਤੁਹਾਨੂੰ ਦੇ ਦੂੰਗਾ ਵੀ ਤੁਸੀਂ ਉਹ ਵੀ ਚੈੱਕਆਊਟ ਕਰ ਸਕਦੇ ਹਾਂ ਵੀ ਕੀ ਪਰਫਾਰਮੈਂਸ ਆ, ਕਿਵੇਂ ਚੱਲਿਆ। ਸੋ ਅੱਜ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਵੀ ਸੁਪਰ ਸੀਡਰ 'ਤੇ KAS ਵਾਲਿਆਂ ਦਾ ਸੁਪਰ ਸੀਡਰ ਆ। ਸੋ ਜੁੜੇ ਰਹਿਣਾ ਵੀਡੀਓ ਨਾਲ ਅਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ। ਤਾਂ ਜੀ ਅਸੀਂ ਅੱਜ ਆ ਦੇਖ ਰਹੇ ਹਾਂ ਟਰੈਕਟਰ ਦੀ ਪਰਫਾਰਮੈਂਸ। 47 HP ਟਰੈਕਟਰ ਆ ਅਤੇ ਉਹ 65 HP 4x4 ਟਰੈਕਟਰ KAS ਦੇ ਸੁਪਰ ਸੀਡਰ 'ਤੇ ਆਪਾਂ ਪਰਫਾਰਮੈਂਸ ਦੇਖਾਂਗੇ ਇਹਨਾਂ ਦੀ। ਇਹ ਟਰੈਕਟਰ ਵੈਸੇ ਤਾਂ ਵਧੀਆ ਨੇ, ਲੈਫਟ 'ਤੇ ਚੱਕ ਲਿਆ, ਪਰ ਜਦੋਂ ਮਾੜਾ ਜਿਹਾ ਨੂੰ ਤੋਰਦੇ ਨਾ ਕਿਤੇ ਕਿਤੇ ਅੱਗਾ ਚੱਕਦਾ ਜੇ ਇੱਕਦਮ ਕਲੱਚ ਛੱਡਦੇ ਹਾਂ। ਬਾਕੀ ਇਹਦੇ ਮੂਹਰੇ ਵੇਟ ਪਾ ਕੇ ਸਮੱਸਿਆ ਦਾ ਹੱਲ ਹੋਜੂ। ਆ ਉਥੋਂ ਲੈ ਕੇ ਜਾਂਦੇ ਹਾਂ ਅੱਗੇ। ਅੱਜ ਟਰਾਇਲ ਲੈਣ ਲੱਗਿਆ ਜੀ ਆ 65 HP ਟਰੈਕਟਰ ਆ ਤੇ ਆ 47 HP ਆ। ਤਾਂ ਵੇਖਦੇ ਹਾਂ ਇਹਦਾ ਕੀ ਨਤੀਜਾ ਨਿਕਲਦਾ, ਵੀ ਖਿੱਚਦਾ ਕਿ ਨਹੀਂ ਸੁਪਰ ਸੀਡਰ ਨੂੰ। ਵੈਸੇ ਚੱਕਿਆ ਜਾਂਦਾ ਥੋੜ੍ਹਾ ਥੋੜ੍ਹਾ ਟਰੈਕਟਰ ਅੱਗੋਂ, ਤਾਂ ਦਿਖਾਉਣੇ ਤੁਹਾਨੂੰ ਵਾਹਣ 'ਚ ਜਾ ਕੇ ਪਰਫੋਰਮੈਂਸ ਦੋਨਾਂ ਟਰੈਕਟਰਾਂ ਦੀ। ਤੁਸੀਂ ਦੇਖ ਰਹੇ ਹੋ ਆ 47 HP ਟਰੈਕਟਰ ਸੀਗਾ, ਇਹਦੀ ਬਹੁਤ ਵਧੀਆ ਪਰਫੋਰਮੈਂਸ ਸੀ। ਇਹ ਜੇ ਦੋਨੇ ਲੀਵਰ ਛੱਡਦੇ ਸੀ ਤਾਂ ਇਹਦੇ ਘੱਟੋ ਘੱਟ 300-400 ਚੱਕਰ ਤੋੜ ਰਿਹਾ ਸੀ। ਜੇ ਆਪਾਂ ਲੀਵਰ ਬੰਨ੍ਹ ਕੇ ਚਲਾਉਂਦੇ ਸੀ ਤਾਂ ਇਹਦੀ ਪਰਫੋਰਮੈਂਸ ਬਹੁਤ ਵਧੀਆ ਰਹੀ ਆ, ਮਤਲਬ ਕਿ ਜੋ 50 ਕੁ ਚੱਕਰ ਮਸਾਂ ਤੋੜੇ ਹੋਣੇ ਨੇ। ਅਤੇ ਬਾਕੀ ਇਹਦੀ ਸੁਬਹਾ ਸੈਟਿੰਗ ਅਸੀਂ ਕਰਾਂਗੇ, ਹੋਰ ਵੀ ਯਾਨੀ ਕਿ ਏਜੰਸੀ ਵਾਲੇ ਬੰਦੇ ਆ ਕੇ ਕਰਕੇ ਜਾਣਗੇ, ਤਾਂ ਉਹ ਕਹਿਣਗੇ ਸੈੱਟ ਹੋ ਜੂ ਇਹ ਸਮੱਸਿਆ ਦਾ ਹੱਲ। ਤਾਂ ਬਾਈ ਜੀ ਦਿਖਾ ਰਹੇ ਹਾਂ ਤੁਹਾਨੂੰ, ਇੱਥੇ ਚੱਲਿਆ ਜੀ ਡੀਜੀ ਟਰੈਕ ਟਰੈਕਟਰ ਆਹ ਥਾਂ 'ਤੇ ਜਿਹੜਾ ਵਿਚਾਲੇ ਵਾਲਾ ਥਾਂ, ਅਤੇ ਆਹ ਇੱਧਰ ਚੱਲਿਆ ਹੌਲੈਂਡ ਬਿਲਕੁਲ ਨਾਲ ਨਾਲ, ਆਹ ਥੋੜ੍ਹੀ ਵਿੱਥ ਛੱਡ ਕੇ ਇੱਧਰ ਚੱਲਿਆ ਡੀਜੀ ਟਰੈਕ 43-47 HP ਸੀਗਾ, ਇੱਧਰ ਹੌਲੈਂਡ ਚੱਲਿਆ ਜੀ, ਠੀਕ ਆ। ਇਹ ਹੌਲੈਂਡ ਦੀ ਵੀ ਸਫਾਈ ਜ਼ਿਆਦਾ ਸੀ, ਡੀਜੀ ਟਰੈਕ ਦਾ ਥੋੜ੍ਹਾ ਜਿਹਾ ਤੋਰਾ ਜ਼ਿਆਦਾ ਆ ਟਰੈਕਟਰ ਦਾ, ਅਤੇ ਤਾਂ ਕਰਕੇ ਥੋੜ੍ਹਾ ਜਿਹਾ ਇਹਦਾ ਆਹ ਦੇਖ ਲਓ ਆਵੇ। ਅਤੇ ਫਿਰ ਇੱਕ ਆਪਾਂ ਦਿਖਾਉਂਦੇ ਟਰਾਇਲ ਉਹਦਾ ਨੋਵੋ ਦਾ, ਆਹ ਇੱਥੇ ਨੋਵੋ ਚੱਲਿਆ ਜੀ ਆਹ ਥਾਂ 'ਤੇ, ਆਹ ਨੋਵੋ ਦੀ ਦੱਸੋ ਵੀ ਕਿਹੜੇ ਟਰੈਕਟਰ ਦੀ ਸਫਾਈ ਜ਼ਿਆਦਾ ਲੱਗੀ। ਆਹ ਇੱਥੇ ਚੱਲਿਆ ਨੋਵੋ, ਇੱਥੇ ਚੱਲਿਆ ਹੈਗਾ ਹੌਲੈਂਡ ਜਿਹੜਾ ਹੈਗਾ 65-10 ਸ਼ਾਇਦ 65 HP 'ਚ ਆ ਉਹ 4x4 ਸੀ ਚੱਲਿਆ। ਇੱਥੇ ਚੱਲਿਆ ਹੈਗਾ ਅਰਜਨ ਨੋਵੋ, ਅਤੇ ਬਾਈ ਜੀ ਇੱਧਰ ਚੱਲਿਆ ਹੈਗਾ ਡੀਜੀ ਟਰੈਕ ਟਰੈਕਟਰ ਆਹ ਥਾਂ 'ਤੇ, ਠੀਕ ਹੈ ਜੀ। ਉਹ ਥਾਂ 'ਤੇ ਡੀਜੀ ਟਰੈਕ ਟਰੈਕਟਰ ਚੱਲਿਆ, ਤੁਹਾਨੂੰ ਆਪਾਂ ਦਿਖਾਤਾ ਡੀਜੀ ਟਰੈਕ ਬਾਈ ਉਹ ਵਿੱਥ ਦੇ ਹਿਸਾਬ ਨਾਲ ਟਰੈਕਟਰ। ਅਤੇ ਬਾਕੀ ਕੋਈ ਗੱਲ ਨਹੀਂ, ਸਵੇਰੇ ਆਉਣਗੇ ਕੰਪਨੀ ਵਾਲੇ, ਉਹਨਾਂ ਨੂੰ ਦਿਖਾਵਾਂ ਵੀ ਕੀ ਸਿਸਟਮ ਆ। ਵੈਸੇ ਕੋਈ ਧੂੰਆਂ ਤਾਂ ਨਹੀਂ ਦਿਖਾਇਆ ਹੈਗਾ, ਅਤੇ ਬਾਕੀ ਵੇਖਦੇ ਹਾਂ ਹੋਰ ਟਰਾਇਲ ਲਵਾਂਗੇ, ਤੁਹਾਨੂੰ ਦਿਖਾਵਾਂਗੇ ਅੱਗੇ ਵੀਡੀਓ 'ਚ। ਸੋ ਜੁੜੇ ਰਹਿਣਾ ਆਪਣੇ ਚੈਨਲ ਦੇ ਨਾਲ, ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਧੰਨਵਾਦ। ਬਾਈ ਜੀ ਆਹ ਹੁਣ ਹੌਲੈਂਡ ਦਾ ਦਿਖਾਉਣੇ, ਹੌਲੈਂਡ ਦੀ ਡੰਗਾਈ ਦੇਖੋ ਉੱਪਰ ਜਿਹੀ ਹੈ, ਯਾਨੀ ਕਿ ਇੰਨੀ ਕੀ ਹੈ ਬਸ, ਆਹ ਦੇਖੋ ਇੰਨੀ ਡੰਗਾਈ ਹੈ, ਡੂੰਘਾ ਗਿਆ। ਆਹ ਆਪਾਂ ਦਿਖਾਉਣੇ ਤੁਹਾਨੂੰ ਡੀਜੀ ਟਰੈਕ ਦਾ 47 HP ਦਾ, ਇਹ ਵੀ ਲਗਭਗ ਸੇਮ ਹੀ ਆ ਬਸ। ਅਤੇ ਆ ਜੋ ਹੁਣ ਜਿੱਥੇ ਅਰਜਨ ਥੋੜ੍ਹੇ ਜਿਹੇ ਥਾਂ 'ਤੇ ਚਲਾਈ, ਇਹ ਬਾਹਲਾ ਸੀ ਇਹਦੇ ਤਾਂ ਨਹੀਂ ਟੈਸਟ ਕੀਤਾ, ਇੱਥੇ ਬਾਈਆਂ ਨੇ ਅਰਜਨ ਚਲਾਇਆ ਇੱਥੇ, ਅਤੇ ਦਿਖਾਉਂਦੇ ਹਾਂ ਤੁਹਾਨੂੰ ਅਰਜਨ ਦਾ। ਬਸ ਲਗਭਗ ਇੱਕੋ ਜਿਹੀ ਹੋਈ ਆ ਜੀ ਸਾਰੀ, ਉਹ ਬਾਹਲਾ ਫਰਕ ਨਹੀਂ, ਜਿਵੇਂ ਉਹ ਤੋੜੀਆਂ ਥੋੜ੍ਹੀਆਂ ਹੀ ਛੱਡਦਾ। ਬਾਕੀ ਵੇਖਾਂਗੇ ਹੋਰ ਵੀ ਟੈਸਟ ਕਰਕੇ, ਵਾਲੇ ਨਵੇਂ ਸੀਗੇ KAS ਕੰਪਨੀ ਦੇ ਸੀਗੇ ਸੁਪਰ ਸੀਡਰ, ਬਾਕੀ ਉਹਨਾਂ ਨੂੰ ਮਿਸਤਰੀਆਂ ਨੂੰ ਵੀ ਅਸੀਂ ਸੱਦਾਂਗੇ, ਕੰਪਨੀ ਵਾਲੇ ਡੀਲਰ ਨੂੰ ਜਿਹੜੇ ਵੀ ਹੁੰਦੇ ਆ ਫੋਰਮੈਨ, ਉਹਨਾਂ ਨੂੰ ਸੱਦਾਂਗੇ ਦਿਖਾਵਾਂਗੇ, ਹਾਲੇ ਹੋਰ ਟੈਸਟ ਕਰਾਂਗੇ। ਸੋ ਜੁੜੇ ਰਹਿਣਾ ਚੈਨਲ ਨਾਲ ਜੀ।